ਅਸੀਂ ਮੰਗ ਕੀਤੀ ਸਾਡੇ ਬੱਚਿਆਂ ਨੇ 16-17 ਦਿਨ ਜਿਹੜੇ ਭੁੱਖ ਹੜਤਾਲ ਦੇ ਬੈਠਿਆਂ ਨੂੰ, ਅਤੇ ਅਸੀਂ ਦੀਏ ਉਹਦੇ ਮੰਗ ਕੀਤੀ ਵੀ ਤੁਹਾਡੇ ਤਾਂ ਸਾਡੀ ਪਹੁੰਚ, ਸਾਡੀ ਹੋਰ ਤਾਂ ਕਿਸੇ ਤੱਕ ਪਹੁੰਚ ਨਹੀਂ ਹੈਗੀ। ਅਤੇ ਉਹਨਾਂ ਸਾਨੂੰ ਯਕੀਨ ਦਵਾਇਆ ਹੈ ਵੀ ਅਸੀਂ ਵੀ ਆਪਦੀ ਮੀਟਿੰਗ ਕਰਕੇ ਅਤੇ ਛੇਤੀ ਤੋਂ ਡਾਲ ਕਰਾਉਣ ਦੀ ਵੀ ਯਤਨ ਕਰਾਂਗੇ। ਅਤੇ ਸਰਕਾਰਾਂ ਦੇ ਵਰਤਾਰੇ ਨੂੰ 16-17 ਦਿਨ ਉੱਥੇ ਹੋ ਗਏ ਭੁੱਖ ਹੜਤਾਲ ਨੂੰ, ਇੱਕ ਹਫ਼ਤੇ ਤੋਂ ਬਾਅਦ ਇੱਥੇ ਹੋ ਗਿਆ, ਹਾਲੇ ਤੱਕ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਦਿਖਾਈ। ਨਹੀਂ, ਸਰਕਾਰ ਨੇ ਕੋਈ ਨਹੀਂ ਵਿਖਾਈ, ਸਰਕਾਰਾਂ ਮਾੜੀਆਂ ਨੇ। ਇਹਨਾਂ ਤਾਂ ਆਣ ਕੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਾ, ਤੁਸੀਂ ਬਈ ਨਿੱਕੇ ਮੋਟੇ ਮਨੇਂਦੇ ਨਹੀਂ ਸਾਨੂੰ ਪੁੱਛਿਆ ਵੀ ਕਿਸੇ ਵੀ ਕੋਈ ਪਹਿਲ ਕੀਤੀ ਗਈ ਤੁਹਾਡੇ ਨਾਲ ਮੁਲਾਕਾਤ ਦੀ, ਤੁਹਾਨੂੰ ਮਨਾਉਣ ਦੀ, ਤੁਹਾਡੇ ਨੂੰ ਭੁੱਖ ਹੜਤਾਲ ਖਤਮ ਕਰਨ ਦੀ ਸਰਕਾਰ ਵੱਲੋਂ ਕੋਈ ਯਤਨ ਕੀਤਾ ਗਿਆ? ਨਹੀਂ, ਸਾਨੂੰ ਅਜੇ ਕੋਈ ਯਤਨ ਨਹੀਂ ਕੀਤਾ ਗਿਆ ਭੁੱਖ ਹੜਤਾਲ ਮਿਟਾਉਣ ਦੀ। ਕੋਈ ਨਹੀਂ, ਸਾਡੇ ਕੋਈ ਨਹੀਂ ਆਇਆ। ਡਿਬਰੂਗੜ੍ਹ ਗੱਲ ਹੋਈ ਆ, ਚੰਗਾ ਨਾਲ ਕੀ ਹਾਲਾਤ ਉਹਨਾਂ ਦੇ? ਡਿਬਰੂਗੜ੍ਹ ਜਿਹੜੇ 3 ਸਿੰਘ ਨੇ ਉਹ ਤਾਂ ਸਾਡੇ ਬਹੁਤ ਹੀ ਮਾੜੀ ਹਾਲਤ 'ਚ ਹੋਏ ਪਏ ਨੇ ਇਸ ਟਾਈਮ, ਅਤੇ ਦੂਜੇ ਥੋੜ੍ਹੇ ਜਿਹੇ ਸਾਹਕਦੇ ਨੇ ਵੀ ਦੂਜੇ ਥੋੜ੍ਹੇ ਠੀਕ ਨੇ, ਅਤੇ 3 ਸਾਡੇ ਜਿਹੜੇ ਨੇ ਉਹ ਤਾਂ ਬਹੁਤ ਹੀ ਜ਼ਿਆਦਾ ਹੋਏ ਪਏ ਨੇ ਨਾ, ਮਤਲਬ ਬਹੁਤ ਹੀ ਜ਼ਿਆਦਾ ਢਿੱਲੇ ਹੋਏ ਪਏ ਨੇ। ਪਰ ਜੇ ਇਹੀ ਹਾਲਾਤ ਵਿੱਚ ਸਿਹਤ ਵਿਗੜਦੀ ਜਾਊਗੀ ਸਾਰਿਆਂ ਦੀ ਮੁਸ਼ਕਲ ਆ ਸਕਦੀ। ਦੂਜਿਆਂ ਨੂੰ ਆਸਾ ਇੱਦਾਂ, ਕਿਸੇ ਦਾ 8 ਕਿਲੋ, ਕਿਸੇ ਦਾ 10 ਕਿਲੋ, ਕਿਸੇ ਦਾ 5 ਕਿਲੋ, ਸਾਰਿਆਂ ਦੇ ਭਾਰ ਘੱਟ ਗਏ ਨੇ। 3 ਬੰਦਿਆਂ ਦੀ ਜ਼ਿਆਦਾ ਸਾਨੂੰ ਸਮੱਸਿਆ ਆ ਗਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸਾਡੀ ਸਭ ਤੋਂ ਸਰਮੌਰ ਸੰਸਥਾ ਹੈਗੀ ਅਕਾਲ ਤਖ਼ਤ ਸਾਹਿਬ। ਅਸੀਂ ਉਹਨਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ, ਅੱਜ ਦੁਬਾਰਾ ਸਾਰੇ ਪਰਿਵਾਰ ਆਣ ਕੇ ਅਤੇ ਬੇਨਤੀ ਕੀਤੀ ਆ ਕਿ ਤੁਸੀਂ ਕੋਈ ਇਹਨੂੰ ਡਿਲੇਅ ਨਾ ਕਰੋ, ਕੋਈ ਸਖ਼ਤ ਫੈਸਲਾ ਲਓ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਕੋਈ ਆਵਾਜ਼ ਪਹੁੰਚੇ, ਕਿਉਂਕਿ ਸਰਕਾਰ 'ਤੇ ਇੰਨੀ ਮਕਾਰੀ ਹੋ ਚੁੱਕੀ ਆ ਕਿ ਉਹਨਾਂ ਨੂੰ ਪਤਾ ਨਹੀਂ ਕੋਈ ਦੁੱਖ ਦਰਦ ਹੈ ਹੀ ਨਹੀਂ ਆ ਕਿ ਕਿਤੇ ਆ ਕੇ ਅਸੀਂ ਕੋਈ ਗੱਲ ਕਰੀਏ, ਉਹਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰੀਏ। ਪਰ ਸਰਕਾਰ ਦਾ ਛੋਟੇ ਤੋਂ ਵੱਡੇ ਤੱਕ ਕੋਈ ਨੁਮਾਇੰਦਾ ਅਜੇ ਸਾਡੇ ਕੋਲ ਪਹੁੰਚਿਆ ਨਹੀਂ ਹੈਗਾ। ਅਤੇ ਅਸੀਂ ਤੁਹਾਨੂੰ ਦੱਸਿਆ ਕਿ ਆਪਣੀ ਸਿੱਖ ਕੌਮ ਦੀ ਤਾਂ ਮੇਨ ਪਹੁੰਚ ਇੱਥੋਂ ਤੱਕ ਹੁੰਦੀ ਆ। ਇਹਨਾਂ ਨੂੰ ਕਿਹਾ ਕਿ ਤੁਸੀਂ ਸਰਕਾਰ ਲਈ ਆਪਣੇ ਲੋਕਾਂ ਨੂੰ ਤਾਂ ਕੋਈ ਜਥੇਬੰਦੀਆਂ ਨੂੰ ਕੋਈ ਸੱਦਾ ਦਿਓ, ਕੋਈ ਨਾ ਕੋਈ ਰੋਸ ਮਾਰਚ ਕਰਨ ਦਾ ਕੋਈ ਸਖ਼ਤ ਕੋਈ ਕਰੋ ਕੋਈ ਪ੍ਰੋਗਰਾਮ, ਅਤੇ ਤਾਂ ਕਿ ਉਹਨਾਂ ਨੂੰ ਕੋਈ ਪਤਾ ਲੱਗੇ। ਨਹੀਂ, ਉਹ ਸਾਨੂੰ ਕਿਹਾ ਗਿਆ ਸੀਗਾ ਸੀ ਪੀ ਅੰਮ੍ਰਿਤਸਰ ਵੱਲੋਂ ਕਿ ਤੁਹਾਡੀ ਹੋਮ ਸੈਕਟਰੀ ਨਾਲ ਮੀਟਿੰਗ ਕਰਾਵਾਂਗੇ, ਪਰ ਸਾਨੂੰ ਉੱਥੇ ਜਾ ਕੇ ਪਤਾ ਲੱਗਿਆ ਕਿ ਜੁਆਇੰਟ ਸੈਕਟਰੀ ਸੀ ਜੋ ਪੀ ਸੀ ਐਸ ਅਧਿਕਾਰੀ, ਉਹਦੇ ਨਾਲ ਸਾਡੀ ਮੁਲਾਕਾਤ ਹੋਈ ਹੈ। ਉਹਨਾਂ ਨੇ ਸਾਨੂੰ ਇਹੀ ਪੜ੍ਹ ਪੜ੍ਹ ਕੇ ਦੱਸੀ ਗਏ ਆ ਕਿ ਕਾਨੂੰਨ ਦੇ ਤਹਿਤ ਇੱਦਾਂ ਇੱਦਾਂ ਸੀਗਾ। ਕਾਨੂੰਨ ਦਾ ਤਾਂ ਚਲੋ ਸਾਨੂੰ ਜਿੰਨਾ ਕੁ ਜਾਣਕਾਰੀ ਆ, ਅਸੀਂ ਤਾਂ ਤੁਹਾਨੂੰ ਕੋਈ ਜ਼ਿਆਦਾ ਮੰਗ ਨਹੀਂ ਕਰਦੇ। ਅਸੀਂ ਤਾਂ ਕਹਿੰਦੇ ਹਾਂ ਕਿ 18 ਤਰੀਕ ਤੋਂ ਤੁਸੀਂ ਕਹਿੰਦੇ ਵੀ ਸ਼ਿਫਟ ਹੋਣੇ ਸ਼ੁਰੂ ਹੋਣੇ ਇੱਧਰ ਜਿਹੜੇ ਉੱਥੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਵਾ, ਅਤੇ ਤੁਸੀਂ ਉਹਨਾਂ ਨੂੰ 2 ਹਫ਼ਤੇ ਪਹਿਲਾਂ ਇੱਥੇ ਲੈ ਆਓ ਤਾਂ ਕਿ ਜਿਹੜੀ ਉਹਨਾਂ ਦੀ ਭੁੱਖ ਹੜਤਾਲ ਜਿਹੜੀ ਉਹਨਾਂ ਅਰਦਾਸ ਕੀਤੀ ਹੋਈ ਆ ਉਹਦੇ ਵਿੱਚ ਉਹਨਾਂ ਨੂੰ ਕਾਮਯਾਬ। ਸੂਬਾ ਸਰਕਾਰ ਦਾ ਤਾਂ ਕੋਈ ਪਤਾ ਨਹੀਂ ਕਿ ਉਹਨਾਂ ਦੇ ਕੋਈ ਇਹੋ ਜਿਹੀ ਸਰਕਾਰ ਹੈ ਕਿ ਜਿਹੜੀ ਮੇਰਾ ਖਿਆਲ ਰਾਤ ਨੂੰ ਲੇਟ ਸੌਂਦੀ ਆ ਅਤੇ ਸਵੇਰੇ ਉੱਠਦੀ ਨਹੀਂ ਆ। ਜੇ ਕੋਈ ਬੰਦਾ ਟਾਈਮ ਨਾਲ ਉੱਠਦਾ ਉਹਨੂੰ ਪਤਾ ਲੱਗਦਾ, ਅਤੇ ਉਹਨੂੰ ਪਤਾ ਲੱਗਦਾ ਪੰਜਾਬ ਦੇ ਕੀ ਹਾਲਾਤ ਲੋਕਾਂ ਨੇ ਜਿਹੜਾ ਚੁਣਿਆ ਵਾ, ਕਾਹਦੇ ਵਾਸਤੇ ਚੁਣਿਆ, ਲੋਕਾਂ ਦੀ ਦੁੱਖ ਦਰਦ ਵਾਸਤੇ ਕਿ ਆਪਣੀਆਂ ਮਸ਼ਹੂਰੀਆਂ ਕਰਨ ਵਾਸਤੇ, ਕਦੀ ਜਹਾਜ਼ 'ਤੇ ਚੜ੍ਹੇ ਅਤੇ